ਮੱਖਣ ਸਿੰਘ। ਮੱਖਣ ਜੀ ਨੇ ਡੈਥ ਹੋਈ, ਉਹਦਾ ਕੀ ਨਾਮ ਸੀ, ਤੁਹਾਡਾ ਕੀ ਨਾਮ? ਇਹ ਪਰਮਜੋਤ ਸਿੰਘ ਸੀ, ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀਗਾ। ਕੀ ਘਟਨਾ ਹੋਈ, ਕਿਸ ਤਰ੍ਹਾਂ ਵਾਪਰਿਆ ਸਾਰਾ ਤੁਹਾਨੂੰ? ਬਈ ਸਵੇਰ ਟ੍ਰੇਨ ਦੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਡਿਊਟੀ ਜਾ ਰਹੇ ਸੀਗੇ। ਸਵੇਰੇ ਨਹਾ ਕੇ ਤਿਆਰ ਹੋ ਕੇ ਅਤੇ ਡਿਊਟੀ ਜਾਣ ਸਮੇਂ ਰਿਵਾਲਵਰ ਸਾਫ ਕਰਨ ਲੱਗਿਆ ਸੀਗਾ। ਰਿਵਾਲਵਰ ਸਾਫ ਕਰਦੇ ਅਚਾਨਕ ਕਿਤੇ ਪਿਸਟਲ 'ਤੇ ਜਿਹੜਾ ਉਹ ਚੱਲ ਗਿਆ ਅਤੇ ਮੌਕੇ 'ਤੇ ਡੈਥ ਹੋ ਗਈ। ਕਿੰਨੀ ਕੁ ਉਮਰ ਸੀ, ਕਦੋਂ ਕੁ ਭਰਤੀ ਹੋਇਆ ਸੀ? ਸ਼ਾਇਦ 16-17 ਦਾ ਭਰਤੀ ਹੈ ਬਈ, ਹੋ ਗਏ 10-12 ਸਾਲ ਹੋ ਗਏ ਭਰਤੀ ਹੋਏ। ਠੀਕ ਹੈ, ਪਰਿਵਾਰ ਦੀ ਗੱਲ ਕੀਤੀ ਜਾਵੇ, ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦਾ? ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ, ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁਲਿਸ ਸੀ, ਉਹਦੀ ਡੈਥ ਹੋ ਗਈ ਸੀ, ਇਹ 2 ਕੁ ਮਹੀਨਿਆਂ ਦਾ ਸੀਗਾ। ਬਾਕੀ ਕੁਛ ਰਹੇ ਨਹੀਂ, ਛੋਟੇ ਛੋਟੇ ਬੱਚੇ ਆ। ਕਿੰਨੇ ਕਿੰਨੇ ਜਵਾਕ ਸੀ? ਜਵਾਕ ਇੱਕ ਬੇਟਾ ਇੱਕ ਬੇਟੀ ਆ। ਕਿੰਨੇ ਕਿੰਨੇ ਸਾਲ ਦੇ ਨੇ? ਬੇਟੀ 6 ਸਾਲ ਦੀ ਹੋਣੀ, ਤਕਰੀਬਨ ਬੇਟਾ 2-3 ਸਾਲ ਦਾ। ਜੇਕਰ ਗੱਲ ਕਰੀਏ ਵੀ ਪਰਿਵਾਰ ਦੇ ਵਿੱਚੋਂ ਕਮਾਉਣ ਵਾਲਾ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ? ਕਮਾਉਣ ਵਾਲਾ ਬਾਈ ਕੋਈ ਨਹੀਂ ਰਿਹਾ, ਇਹੀ ਸੀਗਾ ਸਾਰਾ। ਮਤਲਬ ਨਾਨਕੇ ਘਰ ਰਹਿੰਦਾ ਸੀਗਾ, ਕਿਉਂਕਿ ਜਵਾਨੀ ਭਰੇ ਜਿਹੜੀ ਇਹਦੀ ਮਾਤਾ ਸੀ ਉਹ ਵਿਧਵਾ ਹੋ ਗਈ, ਉਹਨੇ ਆਪਦੇ ਬੱਚੇ ਪਿੰਡ ਪਾਲੇ ਸੀਗੇ। ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ, ਅਤੇ ਮਾਤਾ ਦੀ ਮਾਤਾ ਆ ਗਈ, ਮਾਮੀ ਆ, ਘਰ ਇਕੱਲਾ ਕਮਾਉਣ ਵਾਲਾ ਇਹੀ ਸੀਗਾ। ਸੁਭਾਅ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਸੁਭਾਅ ਸੀ ਜਦੋਂ ਮਿਲਦੇ ਸੀ, ਰਿਸ਼ਤੇਦਾਰ ਕਦੇ ਕਦੇ ਜਾਂਦੇ ਨੇ ਮਿਲਦਾ, ਕਿਸ ਤਰ੍ਹਾਂ ਸੁਭਾਅ? ਸੁਭਾਅ ਤੋਂ ਇੰਨਾ ਮਿਲਣਸਾਰ ਵਿਅਕਤੀ, ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ, ਅਤੇ ਜਦੋਂ ਦਾ ਨੌਕਰੀ ਜੋਬ ਕਰੀ ਆ ਇੱਕੋ ਪਰਿਵਾਰ ਨਾਲ, ਸਿਆਸੀ ਪਰਿਵਾਰ ਨਾਲ ਬਤੌਰ ਗੰਨਮੈਨ ਗੁਜਰਾਤੀ ਸੁਭਾਅ ਦਾ, ਤਾਂ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਪ ਤੋਂ ਪਹਿਲਾਂ ਜਾਣ ਹੀ ਨਹੀਂ ਦਿੱਤਾ ਸੀਗਾ। ਯਾਨੀ ਕਿ ਲੌਂਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ। ਪਰਮਜੋਤ ਸਿੰਘ ਇਹਦਾ ਨਾਂ ਸੀ ਵੀਰੇ, ਲੌਂਗੋਵਾਲ ਤੋਂ, ਗਾਹੋਪੱਤੀ ਲੌਂਗੋਵਾਲ, ਅਤੇ ਇਹ ਆਪਣਾ ਇਹਦਾ ਰਿਵਾਲਵਰ ਸੀ ਸਰਕਾਰੀ, ਉਹਦੀ ਸਫਾਈ ਕਰਦਾ ਸੀ ਕਿਤੇ, ਕੁਦਰਤੀ ਰੌਂਦ ਵਿੱਚ ਰਹਿ ਗਿਆ, ਉਹ ਚੱਲ ਗਿਆ। ਕੀ ਕਾਰਵਾਈ ਕੀਤੀ ਜਾ ਰਹੀ? 174 ਦੀ ਕਾਰਵਾਈ ਹੈ। ਕੀ ਨਾਮ? ਪਰਮਜੋਤ ਸਿੰਘ। ਤੁਹਾਡਾ ਜੀ? ਮੇਰਾ ਨਾਮ ਰਘਵੀਰ ਸਿੰਘ ਹੈ, ASI ਲੌਂਗੋਵਾਲ। ਠੀਕ।